बार बार साढ़े को 100-200 दिखा ही पई जी अं कभी मुख्यमंत्री कभी अक्सर कभी एस सी कभी पटियाले भी दरखास्तां कीतियां उन्हां दियां फोटो कापियां भी साढ़े को पईआं है। जे साडा कोई इहनां हुण ना कोई महला हल कीता तो अं जो भी अपनी जो कोई कार्रवाई मुड़के ना आखने भी कानून आपके हक च लिया हाथ च लिया है ना अं उन्हूं जो भी हो फिर मोटर ये जो फीटर आ ये अं बंद कर देना ये नहीं जो अं चलन देना जिन्ना चिर साडा कोई फैसला ना होया उन्ना चिर इस तरह बंद ही रहेगा। बार्डर बैल्ट लाइन से जीते के वो सिर्फ 8 घंटे बत्ती वास्ते तारों पार वास्ते दी जाती है बार्डर बैल्ट, लेकिन उन्हें बिजली कर्मचारियों रल के तो बिजली बोर्ड के नाल रल के पैसे ना वो तारा ला लिया तो अही वो तारा पहला तो उन्हें गैर कानूनी लाइया ही तो अं ला दियाँ तो बाद चुने एस्टीमेट बनवा के लवा लिया बिजली बोर्ड ना रख के अं 5 साल तो लगातार लड़ रहे हैं तो वो बिजली बोर्ड साड़ी सुनता कोई नहीं इस करके अं हूँ अज कल परसों का धरना लाया वा तो ये पिंड वाले मतलब नाल नाल अं जून नाल इलाका सारा रख के तो तारा अं हर हालत ला देनियाँ क्योंकि साड़ी रोजी रोटी का सवाल आ साड़ी रोजी रोटी खुसदी आ ते नाल सानू छित्तर पैंदे आ BSF वल्लों जदों रात बिजली बोर्ड दिने फाल्ट होण करके अपने मारी मेके वाले तो बिजली बोर्ड अपने नियमों मुताबक रात छड्ड दिंदा तो पानी जीरो लाइन ते चढ़ जांदा ते सानू जिहड़े आ उह बिजली बोर्ड वाले ना BSF वाले आंदे आ कि तुहां की कीता उहदे करके अं इन्हां नूं बेनती करदे आ भी साडियां अजे तारां अपने आप ला देण ते नहीं ते अं वाहिगुरू खालसा वाहिगुरू जी फतेह। ਇਹ ਵੀਰ ਜੀ ਇਹ ਜੋ ਪਿੰਡ ਡੱਲ ਦੇ ਵਿੱਚ ਬਾਰਡਰ ਲੈਣ ਜੋ ਬਾਰਡਰ ਨੂੰ ਸਪੈਸ਼ਲ ਲੈਣ ਜਾਂਦੀ ਸੀ ਉਸ ਦਾ ਮਸਲਾ ਅੱਜ ਤੋਂ 7 ਸਾਲ ਪਹਿਲਾਂ ਦਾ ਚੱਲ ਰਿਹਾ ਸੀ ਤੇ ਵਾਰ ਵਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਤੇ ਤੇ ਪਿੰਡ ਡੱਲ ਦਾ ਜੋ ਰਾਹ ਦੇ ਵਿੱਚ ਮਾੜੀ ਵੇਖ ਕੇ ਤੇ ਕਿਸ ਆਦਮੀ ਨੇ 26-27 ਮੋਟਰਾਂ ਕੁਛ ਆਪਣੀਆਂ ਪਾਈਆਂ ਤੇ ਕੁਛ ਪਿੰਡ ਦੀਆਂ ਪਾਈਆਂ ਜੋ ਕਿ ਬਾਰਡਰ ਨੂੰ ਸਹੂਲਤ ਮਿਲਦੀ ਆ ਜੇਕਰ ਇਹ ਸਹੂਲਤ ਪਿਛਲੇ ਪਿੰਡਾਂ ਨੇ ਲੈਣੀ ਆ ਤੇ ਦੂਜੇ ਪਿੰਡਾਂ ਨੂੰ ਦਿੱਤੀ ਜਾਵੇ ਸੋ ਇਹਨਾਂ ਦਾ ਬੜੇ ਜਿਹਾ ਲੰਮੇ ਜਦੋਂ ਇਹ ਮਸਲਾ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਬਿਜਲੀ ਪ੍ਰਸ਼ਾਸਨ ਨੂੰ ਵਾਰ ਵਾਰ ਬੇਨਤੀਆਂ ਕਰਨ ਤੇ ਇਹ ਹੱਲ ਨਹੀਂ ਹੋਇਆ ਵੀ ਇਹ ਤਾਂ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਫੈਸਲਾ ਲਿਆ ਆ ਜਿੰਨਾ ਚਿਰ ਉਹ ਤਾਰਾਂ ਲੈਂਦੀਆਂ ਨਹੀਂ ਆ ਤੇ ਉਹਨਾਂ ਚਿਰ ਤੱਕ ਇਹ ਧਰਨਾ ਚੱਲਦਾ ਰਹੂਗਾ। ਹਾਂਜੀ ਬਾਬਾ ਜੀ ਤੁਸੀਂ ਦੱਸੋ ਕੀ ਗੱਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सारे वीरां भरावां नूं दस्या जांदा है कि जो ते अहीं हक ते सच दी लड़ाई लड़दे आ इह जिहड़ी लैण आ अहीं आप 120 खंभे गड्ड के बार्डर लाइन नूं सरकार ने सहूलत दित्ती सी उह अहीं खिच्ची आ। इस बंदे ने दिन दी खातर सानूं बार्डर एरिए नूं बत्ती मिलदी इहने दिन दी खातर मोटरां चलाउण वास्ते धक्केशाही ना उत्थे आप दीआं मोटरां पा के इहने तारां पा दित्तियां है। ਅਸੀਂ ਚਲੋ 5-6 ਸਾਲ ਹੋ ਗਏ ਉਦੋਂ ਦੇ ਮਗਰ ਲੱਗੇ ਆ ਪਰ ਹੋ ਰਿਹਾ ਕਿ ਸਾਡਾ ਬਹੁਤ ਪਿੰਡ ਦਾ ਨੁਕਸਾਨ ਹੋਇਆ। ਇਹ ਮੋਟਰਾਂ ਜੁੜ ਗਈਆਂ ਵਿੱਚੇ ਬੋਰ ਪਾੜ ਗਏ ਨੇ। ਅਸੀਂ ਹੁਣ ਇਹੋ ਅਪੀਲ ਕਰਦੇ ਪ੍ਰਸ਼ਾਸਨ ਨੂੰ ਵੀ ਇਹਦੀਆਂ ਤਾਰਾਂ ਜਿੱਥੇ ਮਰਜ਼ੀ ਆ ਲਾ ਕੇ ਪਾਓ ਸਾਡੀ ਵਾਲਾ ਨਵਾਂ ਫੀਟਰ ਕੱਢ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਤੇ ਜਿੰਨਾ ਚਿਰ ਸਾਡਾ ਇਹ ਮਸਲਾ ਨਾ ਹੱਲ ਹੋਇਆ ਉਹਨਾਂ ਚਿਰ ਇਹ ਨਾ ਹੁਣ ਅੱਗੇ ਵਾਲੀ ਗੱਲ ਸਮਝ ਛੱਡੇ ਵੀ ਆਏ ਤੇ ਚਲੇ ਗਏ ਉਹ ਨਹੀਂ ਜੋ ਗੱਲ ਬਣਨੀ। ਇਹ ਹੁਣ ਜਾਂ ਦੇ ਬੱਤੀ ਮਹਿਕਮੇ ਦੇ ਗੇਂਦ ਆ ਪਾਲੇ ਦੇ ਇਹਨੂੰ ਜਿੱਧਰ ਲਾਉਣਾ ਲਾ ਦੇ ਨਹੀਂ ਤੇ ਇਦੋਂ ਵੀ ਅਸੀਂ ਵੱਧ ਸਗੰਸ ਕਰਕੇ ਜਾਰੀ ਕਰਕੇ ਫਿਰ ਧੌਣ ਤੇ ਗੋਡਾ ਰੱਖ ਕੇ ਕੰਮ ਕਰਾਵਾਂਗੇ। ਇੰਨੀਆਂ ਗੱਲਾਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ ਇਹ ਜਿਹੜੀਆਂ ਤਾਰਾਂ ਇਹ ਪਿੱਛੇ ਵਾਲੇ ਕੋਈ ਆਰਡਰ ਹੈ ਵੀ ਪਿੱਛੇ ਚਲਾਉਣ ਬਾਰਡਰ ਤੋਂ ਪਿੱਛੇ? ਨਹੀਂ ਜੀ ਨਹੀਂ ਕੋਈ ਆਰਡਰ ਨਹੀਂ ਹੈ ਬਾਰਡਰ ਤੋਂ ਪਿੱਛੇ ਕੋਈ ਆਰਡਰ ਨਹੀਂ ਗਾਇਆ। ਬਾਰਡਰ ਲਈ ਵੱਖਰੀ ਲਾਈਨ ਇਹ ਬਾਰਡਰ ਲਈ ਵੱਖਰੀ ਲਾਈਨ ਹੁੰਦੀ ਆ ਤੇ ਵੱਖਰੀ ਹੈ ਸਿੱਧੀ ਜਾ ਕੇ ਖੋਲਦੀ ਬਾਰਡਰ ਦੇ ਉੱਤੇ ਹੀ। ਇਸ ਲਈ ਤਾਂ ਪ੍ਰਸ਼ਾਸਨ ਤੋਂ ਪਹਿਲਾਂ ਵੀ ਕੋਈ ਮੰਗ ਰੱਖੀ ਜਾਂਦੀ? ਬੜੀਆਂ ਮੰਗਾਂ ਜੀ ਸਾਡੇ ਕੋਲ ਸਭ ਕੋ ਰਿਕਾਰਡ ਹੀ ਪਿਆ ਜਿੰਨੀਆਂ ਇਹੋ 5 ਸਾਲ ਪਹਿਲਾਂ DC ਰਹੇ ਨੇ ਜਿਹੜੇ ਉਹਨਾਂ ਦੇ ਸਾਈਨ ਹੋਏ ਨੇ ਉੱਤੇ ਤੇ ਇਹਨਾਂ ਪਰ ਅੱਗੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ।
ਹੁਣ ਫਿਰ ਅਸੀਂ ਮਹਿਕਮੇ ਨੂੰ ਨਾਲ ਹੀ ਰੱਖਾਂਗੇ ਤੇ ਜਿੱਧਰ ਜੋ ਵੀ ਹੋਊ ਕਾਰਵਾਈ ਅਗਲੀ ਫਿਰ ਅਸੀਂ ਆਪ ਦੀ ਜਾਣਾਂਗੇ। ਕਦੋਂ ਤੱਕ ਚੱਲੂਗਾ ਜੀ ਇਹ ਧਰਨਾ? ਜਿੰਨਾ ਚਿਰ ਤਾਰਾਂ ਲੈਂਦੀਆਂ ਨਹੀਂ ਉਹਨਾਂ ਚਿਰ ਚੱਲੂਗਾ ਜੀ। ਠੀਕ ਹੈ ਜੀ, ਹਾਂਜੀ। ਦੱਸੋ ਇਸ ਸੰਬੰਧੀ ਐਸਟੀਓ ਖਾਲੜਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਕੋਰਟ ਕੇਸ ਹੈ, ਇਹਦੇ ਵਿੱਚ ਅਸੀਂ ਕੁਛ ਵੀ ਨਹੀਂ ਕਰ ਸਕਦੇ ਅਤੇ ਇਹ ਮਸਲਾ ਕਾਫੀ ਸਾਲ ਪੁਰਾਣਾ ਹੈ।